ਹਾਂਜੀ ਸਰ, ਇੱਕ ਜਿਹੜਾ ਹਾਈਟੈਕ ਨਾਕੇ ਦਾ ਐਕਸੀਡੈਂਟ ਹੋਇਆ, ਕੀ ਮਾਮਲਾ ਸੀ? ਅਤੇ ਕੱਲ੍ਹ ਸਾਡੇ ਜਿਹੜਾ ਕਾਮਵਾਲੀ ਪੱਤਣ 'ਤੇ ਹਾਈਟੈਕ ਨਾਕਾ ਲੱਗਾ ਹੋਇਆ, ਉੱਥੇ ਏਐੱਸਆਈ ਸੁਰਜੀਤ ਸਿੰਘ ਆਪਣੀ ਟੀਮ ਨਾਲ ਚੈਕਿੰਗ ਕਰ ਰਹੇ ਸੀ, ਅਤੇ ਇੱਕ ਉੱਧਰੋਂ ਕਾਰ ਆਈ ਤੇਜ਼ ਰਫ਼ਤਾਰ, ਜਦੋਂ ਨਾਕੇ 'ਤੇ ਉਦੋਂ ਰੁਕਿਆ, ਰੋਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਅਤੇ ਗੱਡੀ ਭਜਾ ਲਈ ਉੱਥੋਂ, ਅਤੇ ਜਿਹੜਾ ਉਹ ਜਿਸ ਕਰਕੇ ਏਐੱਸਆਈ ਸੁਰਜੀਤ ਸਿੰਘ ਦੇ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ, ਅਤੇ ਉਹਦੀਆਂ ਦੋਨਾਂ ਲੱਤਾਂ 'ਤੇ ਫ੍ਰੈਕਚਰ ਆ ਗਏ, ਬਾਂਹ 'ਤੇ ਵੀ, ਸਪਾਈਨ 'ਤੇ ਵੀ ਉਹਨਾਂ ਦੀ ਸੱਟ ਆ, ਜਿਹਨਾਂ ਨੂੰ ਪਹਿਲਾਂ ਇੱਥੇ ਸ਼ਾਹਪੁਰ ਮੈਂ ਪ੍ਰਾਈਵੇਟ ਇੱਕ ਹੋਸਪਿਟਲ ਸਦਾਨਾ ਹੋਸਪਿਟਲ ਲਗਾਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰਤਾ ਜਲੰਧਰ, ਜਲੰਧਰ ਤੋਂ ਅੱਜ ਉਹਨਾਂ ਨੂੰ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ DMC ਲੁਧਿਆਣਾ ਰੈਫਰ ਕੀਤਾ, ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ। ਸਰ, ਗੱਡੀ ਗੱਡੀ ਜਿਹੜਾ ਸਾਡਾ ਉਹਦੀ ਨੰਬਰ ਤੋਂ ਟਰੇਸ ਕਰ ਲਈ, ਅਤੇ ਛੇਤੀ ਅਸੀਂ ਉਹਨੂੰ ਉਹ ਤੱਕ ਡਰਾਈਵਰ ਤੱਕ ਪਹੁੰਚ ਜਾਵਾਂਗੇ। ਠੀਕ ਹੈ ਸਰ।